ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਬਜ਼ੁਰਗ ਸ਼ਰਧਾਲੂਆਂ ਨੂੰ ਹੁਣ ਪੈਦਲ ਚੱਲਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਾਹਰ ਤੋਂ ਹੀ ਪਰਿਕਰਮਾ ਤੱਕ ਜਾਣ ਵਾਲੇ ਸ਼ਰਧਾਲੂਆਂ ਲਈ ਹੁਣ SGPC ਦੇ ਵੱਲੋਂ 2 ਨਵੀਆਂ ਲਿਫਟਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਲਿਫਟ ਦੇ ਵਿੱਚ ਲਗਭਗ 10 ਸ਼ਰਧਾਲੂ ਇੱਕੋ ਸਮੇਂ ਪਰਿਕਰਮਾ ਤੱਕ ਜਾ ਸਕਣਗੇ। ਇਸ ਤੋਂ ਇਲਾਵਾ ਸ਼ਰਧਾਲੂ ਇਸ ਲਿਫਟ ਰਾਹੀਂ ਅਜਾਇਬ ਘਰ ਦੇ ਵੀ ਦਰਸ਼ਨ ਕਰ ਸਕਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਲਿਫਟ ਬਜ਼ੁਰਗ ਸ਼ਰਧਾਲੂਆਂ ਦੇ ਲਈ ਮੁੱਖ ਤੌਰ ਦੇ ਉੱਤੇ ਲਗਾਈ ਗਈ ਹੈ, ਜਿਨ੍ਹਾਂ ਨੂੰ ਚੱਲਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਹੁਣ ਉਹ ਇਸ ਲਿਫਟ ਦੇ ਰਾਹੀਂ ਬਾਹਰ ਤੋਂ ਹੀ ਪਰਿਕਰਮਾ ਤੱਕ ਪਹੁੰਚ ਸਕਣਗੇ ਅਤੇ ਫਿਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਦੁਬਾਰਾ ਇਸ ਲਿਫਟ ਰਾਹੀਂ ਬਾਹਰ ਵੀ ਆ ਸਕਣਗੇ। ਐਸਾ ਪਵਿੱਤਰ ਸਥਾਨ ਜਿੱਥੋਂ ਪੂਰੀ ਮਨੁੱਖਤਾ ਜਿਹੜੀ ਹੈ ਆਪਣਾ ਜੀਵਨ ਲੈਂਦੀ ਹੈ, ਅੰਮ੍ਰਿਤਮਈ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ, ਦਰਸ਼ਨ ਦੀਦਾਰ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀ ਹੈ। ਲੱਖਾਂ ਪ੍ਰਾਣੀ ਇਸ ਪਵਿੱਤਰ ਸਥਾਨ 'ਤੇ ਹਰ ਰੋਜ਼ ਨਤਮਸਤਕ ਹੁੰਦੇ ਨੇ। ਪੰਜਾਬ ਦੇ ਵਿੱਚੋਂ ਹੀ ਨਹੀਂ, ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਲੱਖਾਂ ਪ੍ਰਾਣੀ ਆਉਂਦੇ ਨੇ। ਸੰਗਤਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿਨਮਾਈ ਦੇ ਹੇਠ ਜੋ ਕਾਰਜ ਪ੍ਰਣਾਲੀ ਚੱਲ ਰਹੀ ਹੈ, ਵੱਡੇ ਵੱਡੇ ਕਾਰਜ ਆਰੰਭੇ ਗਏ ਨੇ, ਉਹਨਾਂ ਦੇ ਵਿੱਚ ਸੰਗਤਾਂ ਦੀ ਸਹੂਲਤ ਮੁੱਖ ਰੱਖਦਿਆਂ ਹੋਇਆਂ 2 ਲਿਫਟਾਂ ਜਿਹੜੀਆਂ ਨੇ SGPC ਦੇ ਵੱਲੋਂ ਸਿਮਲਰ ਕੰਪਨੀ ਦੇ ਰਾਹੀਂ ਲਗਾਈਆਂ ਗਈਆਂ ਹਨ, ਤਾਂ ਕਿ ਸੰਗਤਾਂ ਜਿਹੜੀਆਂ ਨੇ ਜਿਹੜੀ ਅਜਾਇਬ ਘਰ ਤੱਕ ਜਾ ਕੇ, ਜਿੱਥੇ ਸਿੱਖ ਕੌਮ ਦੀ ਵੱਡੀ ਵਿਰਾਸਤ ਸੰਭਾਲੀ ਹੋਈ ਹੈ, ਉੱਥੇ ਜਾ ਕੇ ਦਰਸ਼ਨ ਕਰ ਸਕਣ, ਆਪਣੇ ਸਿੱਖ ਇਤਿਹਾਸ ਤੋਂ ਵਾਕਫੀਅਤ ਹੋ ਸਕਣ, ਉਹਦੇ ਲਈ ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ। 3 ਇਹਦੇ ਹੈਗੇ ਨੇ ਠਹਿਰਾਓ ਨੇ, ਅਤੇ ਉਹਦੇ ਲਈ ਮੈਂ ਜਿੱਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਹੋਰਾਂ ਦੇ ਵੱਲੋਂ ਸੰਗਤਾਂ ਦੀ ਲਈ ਜਿਹੜੀ ਸਹੂਲਤ ਪ੍ਰਾਰੰਭ ਕੀਤੀ ਗਈ ਹੈ, ਉਸ ਦੇ ਲਈ ਮੈਂ ਇਹ ਅਰਦਾਸ ਕਰਦਾ ਕਿ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਾਤਸ਼ਾਹ ਸਰਮੁੱਚੇ ਸੰਸਾਰ ਦੀ ਮਨੁੱਖਤਾ ਜਿਹੜੀ ਹੈ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ, ਅਤੇ ਸਾਰੀ ਜਿਹੜੀ ਇਹ ਕੰਪਨੀ ਵਾਲੇ ਨੇ ਅਤੇ ਜਿਨ੍ਹਾਂ ਜਿਨ੍ਹਾਂ ਦਾ ਵੀ ਸਹਿਯੋਗ ਇਸ ਦੇ ਵਿੱਚ ਪਾਇਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੱਤਰ ਸਾਹਿਬ ਭਾਈ ਡਾਕਟਰ ਰੂਪ ਸਿੰਘ ਜੀ ਅਤੇ ਆਪਣੇ ਸਰਦਾਰ ਸੁਖਮਿੰਦਰ ਸਿੰਘ ਜੀ ਹੋਰੀ ਸਾਰੇ ਸਕੱਤਰ ਸਾਹਿਬਾਨ, ਸਾਰਾ ਜਿਹੜਾ ਸਾਡਾ ਪ੍ਰਬੰਧਕੀ ਢਾਂਚਾ ਹੈ, ਮੈਨੇਜਰ ਸ੍ਰੀ ਦਰਬਾਰ ਸਾਹਿਬ ਦੀਨਪੁਰ ਸਾਹਿਬ, ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਇਹਨਾਂ ਸਾਰਿਆਂ ਤੋਂ ਆਪਣੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਇਹ ਸੇਵਾਵਾਂ ਲੈਂਦੇ ਰਹਿਣ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਤੋਂ ਰਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV।